ਅੱਜ ਸਾਡੇ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵੱਡੇ ਕਹਾਣੀਕਾਰ ਅਲੀ ਅਨਵਰ ਅਹਿਮਦ ਹੋਰੀ ਨੇ ਉਹਨਾਂ ਦਾ ਨਵਾਂ ਕਹਾਣੀ ਪਰਾਗਾ ਸੁਫਨੇ ਦਾ ਕੈਦੀ ਛਾਪੇ ਚੜ੍ਹਿਆ। ਇਹ ਉਹਨਾਂ ਦਾ 13ਵਾਂ ਕਹਾਣੀ ਪਰਾਗਾ ਹੈ। ਇਸ ਤੋਂ ਵੱਖ ਉਹਨਾਂ ਦਾ ਨਾਵਲ ਸ਼ਿਕਾਰਨ ਵੀ ਛਾਪੇ ਚੜ੍ਹ ਚੁੱਕਿਆ ਤੇ ਇੱਕ ਸ਼ੇਰੀ ਪਰਾਗਾ ਅੱਖ ਸਮੁੰਦਰ ਹੋਈ ਵੀ ਛਾਪੇ ਚੜ੍ਹ ਚੁੱਕਿਆ। ਅੱਜ ਅਸੀਂ ਉਹਨਾਂ ਦੀ ਆਵਾਜ਼ ਵਿੱਚ ਉਹਨਾਂ ਦੀ ਕਹਾਣੀ ਤੁਰ ਅੰਦਰ ਲੁਕੀ ਔਰਤ ਸੁਣਾਂਗੇ। ਅਲੀ ਅਨਵਰ ਅਹਿਮਦ ਉਹ ਮੋਬਾਈਲ ਫੋਨ ਤੇ ਗੱਲ ਕਰਦਾ ਕਰਦਾ ਘਰੋਂ ਬਾਹਰ ਆ ਗਿਆ। 24-25 ਸਾਲਾਂ ਦਾ ਜਵਾਨ ਜਹਾਨ ਮੁੰਡਾ, ਰੰਗ ਕਸਮੰਨਾ, ਕੱਦ ਪੂਰਾ, ਚਿਹਰਾ ਹੱਸੀ ਹੱਸੀ ਪਿਆ ਕਰਦਾ, ਨੱਕ ਪਤਲਾ ਤੇ ਲੰਮਾ, ਜਵਾਨੀ ਉਹਦੇ ਜੁੱਸੇ ਵਿੱਚੋਂ ਡੁੱਲ ਡੁੱਲ ਪੈਂਦੀ ਸੀ। ਬਾਹਰ ਮੁੰਡੇ ਦੀ ਗੁਆਂਢਣ ਥਾਪੀਆਂ ਤੇ ਥੱਕਦੀ ਸੀ। 30-32 ਸਾਲਾਂ ਦੀ ਪਰ ਜਵਾਨ ਔਰਤ, ਵਿਆਹੀ ਵਰੀ, ਪਰ ਬਾਲ ਬੱਚਾ ਕੋਈ ਨਹੀਂ। ਮੁੰਡਾ ਉੱਥੇ ਟਾਹਲੀ ਥੱਲੇ ਪਈ ਮੰਜੀ ਉੱਤੇ ਬਹਿ ਕੇ ਆਰਾਮ ਨਾਲ ਫੋਨ ਤੇ ਗੱਲ ਕਰਨ ਲੱਗ ਪਿਆ। ਉਹ ਫੋਨ ਤੇ ਕਹਿੰਦਾ ਹੈ, ਤੂੰ ਤਾਂ ਹੈਗਾ ਹੀ ਮਨਹੂਸ। ਗੁਆਂਢਣ ਆਖਣ ਲੱਗੀ, ਮਨਹੂਸ ਤੇ ਨਹਿਸ਼ ਤਾਂ ਤੂੰ ਆਪ ਹੈ, ਆਖਦਾ ਦੂਜਿਆਂ ਨੂੰ ਹੈ। ਮੁੰਡੇ ਨੇ ਮੋਬਾਈਲ ਕੰਨ ਤੋਂ ਥੋੜਾ ਦੂਰ ਕਰਕੇ ਮਾਇਕ ਉੱਤੇ ਹੱਥ ਰੱਖਿਆ, ਇੱਧਰ ਉੱਧਰ ਵੇਖਿਆ ਤੇ ਜਨਾਨੀ ਵੱਲ ਮੂੰਹ ਕਰਕੇ ਆਖਣ ਲੱਗਾ, ਇੱਧਰ ਗੱਲ ਕਰ ਲਵਾ, ਤੇਰਾ ਘਰ ਵੀ ਪੂਰਾ ਕਰਨਾ ਹੈ, ਮੇਰੇ ਕੋਲੋਂ ਬੂਥਾ ਵੀ ਭਰਵਾਵੇਂਗਾ। ਜਨਾਨੀ ਨੇ ਇਹ ਆਖਿਆ ਜ਼ਰੂਰ, ਪਰ ਉਹਦੇ ਆਰਾਂ ਤੋਂ ਇਹ ਲੱਗਦਾ ਨਹੀਂ ਸੀ ਕਿ ਉਹਦਾ ਇਹੋ ਜਿਹਾ ਕੋਈ ਇਰਾਦਾ ਵੀ ਹੈ। ਉਹਦੇ ਲਹਿਜੇ ਵਿੱਚ ਨਾਰਾਜ਼ਗੀ ਕੋਸ਼ਿਸ਼ ਕਰਕੇ ਲੱਭਿਆ ਵੀ ਨਹੀਂ ਲੱਭਦੀ ਸੀ। ਅਗਲੇ ਵੀ ਬੂਥਾ ਵੀ, ਮੈਂ ਕਿਹੜਾ ਤੇਰਾ ਹੱਥ ਫੜ ਲੈਣਾ। ਮੁੰਡੇ ਦੀਆਂ ਅੱਖਾਂ ਵਿੱਚ ਸ਼ਰਾਰਤ, ਬੁੱਲਾਂ ਉੱਤੇ ਮੁਸਕਾਨ ਸੀ। ਜਾ ਜਾ ਕੰਮ ਕਰ ਆਪਣਾ, ਆਇਆ ਵੱਡਾ। ਜਨਾਨੀ ਕੁਝ ਕਹਿੰਦੀ ਕਹਿੰਦੀ ਰੁਕ ਗਈ। ਮੁੰਡਾ ਉਹਦੀ ਗੱਲ ਅੰਸ਼ ਨਹੀਂ ਕਰਕੇ ਦੁਬਾਰਾ ਫੋਨ ਵਾਲੇ ਬੈਲੀ ਨਾਲ ਗੱਲ ਕਰਨ ਲੱਗ ਪਿਆ। ਆਖਣ ਲੱਗਾ, ਹੈਗਾ ਵੀ ਤਾਂ ਤੂੰ ਮਾਛੀਆਂ ਵਰਗਾ ਹੈ ਤੇ ਤੂੰ ਮਰਾਸੀਆਂ ਵਰਗਾ ਹੈ। ਗੁਆਂਢਣ ਦੇ ਕੰਨ ਉਹਦੇ ਵੱਲ ਸਨ। ਇਸ ਵਾਰ ਮੁੰਡੇ ਉਹਨੂੰ ਕੋਈ ਜਵਾਬ ਨਾ ਦਿੱਤਾ, ਸਗੋਂ ਉਹਦੇ ਵੱਲ ਵੇਖਿਆ ਵੀ ਨਹੀਂ। ਪ੍ਰਾਹੁਣੇ ਕਿੱਥੇ ਅੱਪੜ ਗਏ ਨੇ? ਜਨਾਨੀ ਨੇ ਝਟਕ ਉਡੀਕ ਕੇ ਪੁੱਛਿਆ। ਘੰਟੇ ਤੱਕ ਅੱਪੜ ਜਾਣਗੇ। ਇਹ ਕਿਤਵਾ ਘਰ ਤੈਨੂੰ ਵੇਖਣ ਤੇ ਆਉਂਦਾ ਹੈ? ਚੌਥਾ ਘਰ ਹੈ। ਮੁੰਡੇ ਦੀ ਆਵਾਜ਼ ਵਿੱਚ ਥੋੜੀ ਮਾਯੂਸੀ ਰਲੀ ਹੋਈ ਸੀ। ਕੌਣ ਹੈ ਜਿਹੜਾ ਲੱਤ ਮਾਰਦਾ ਹੈ? ਜਨਾਨੀ ਨੇ ਆਪਣੀ ਆਵਾਜ਼ ਵਿੱਚ ਹਮਦਰਦੀ ਭਰਨ ਦੀ ਕੋਸ਼ਿਸ਼ ਕੀਤੀ। ਇਹ ਤਾਂ ਪਤਾ ਨਹੀਂ ਲੱਗਦਾ ਪਿਆ। ਮੁੰਡਾ ਰਤਾ ਪਰੇਸ਼ਾਨ ਹੋਇਆ। ਕਿਉਂ, ਪਤਾ ਕਿਉਂ ਨਹੀਂ ਲੱਗਦਾ ਪਿਆ? ਜਨਾਨੀ ਨੇ ਨੀਸੀ ਬਣ ਕੇ ਪੁੱਛਿਆ। ਫੋਨ ਦਾ ਦੌਰੇ, ਕੋਈ ਵੀ ਕਿਸੇ ਵੀ ਨੰਬਰ ਤੋਂ ਆਵਾਜ਼ ਬਦਲ ਕੇ ਉਹ ਇਕਦਮ ਚੁੱਪ ਕਰ ਗਿਆ ਤੇ ਗੋਇਆ ਥੱਪੀ ਜਨਾਨੀ ਵੱਲ ਵੇਖਣ ਲੱਗ ਪਿਆ। ਕਿਧਰੇ ਉਹ ਕੁਝ ਕਹਿੰਦਾ ਕਹਿੰਦਾ ਚੁੱਪ ਕਰ ਗਿਆ। ਲੱਤ ਮਾਰਦੇ ਹੋਣਗੇ ਤੇਰਾ ਭਰਾ ਤੇ ਭਰਜਾਈ, ਭਰਾ ਜਿਹਦੀ ਸਾਲੀ ਨੂੰ ਤੂੰ ਇਨਕਾਰ ਕੀਤਾ, ਜਾਂ ਫਿਰ ਤੇਰਾ ਤਾਇਆ ਜਿਹਦੇ ਘਰ ਜਵਾਨ ਧੀ ਬੈਠੀ ਏ, ਜਿਹਨਾਂ ਨੂੰ ਤੇਰੀ ਆਸ ਉਮੀਦ ਏ। ਇਸੇ ਪਰੋਂ ਅਸੀਂ ਅੱਜ ਉਹਨਾਂ ਨੂੰ ਸੱਦਿਆ ਹੀ ਨਹੀਂ, ਪਰ ਹੁਣੇ ਹੁਣੇ ਮੈਨੂੰ ਕਿਸੇ ਹੋਰ ਦਾ ਖਿਆਲ ਵੀ ਆਉਂਦਾ ਪਿਆ। ਤੈਨੂੰ ਤਾਂ ਬਕਵਾਸ ਕਰਨ ਦੀ ਆਦਤ ਏ, ਕਿਸੇ ਹੋਰ ਨੂੰ ਕੀ ਲੋੜ ਏ? ਜਨਾਨੀ ਨੇ ਆਪਣੀਆਂ ਅੱਖਾਂ ਉੱਤੇ ਆਏ ਹੋਏ ਵਾਲ ਬਾਹ ਨਾਲ ਹਟਾਏ ਤੇ ਸਿਰ ਨੂੰ ਪਿਛਾਂ ਨੂੰ ਝਟਕਾ ਦੇ ਕੇ ਆਖਿਆ। ਉਹ ਗੋਹੇ ਨਾਲ ਲਿਬਰੇ ਹੱਥ ਅੱਖਾਂ ਉੱਤੇ ਆਏ ਵਾਲਾਂ ਨੂੰ ਹਟਾਉਣ ਲਈ ਇਸਤੇਮਾਲ ਨਹੀਂ ਕਰ ਸਕਦੀ ਸੀ। ਜੇ ਕੋਈ ਹੋਰ ਨਿਕਲਿਆ ਤਾਂ? ਮੁੰਡਾ ਸੰਜੀਦਾ ਸੀ, ਫਿਰ ਝਟਕ ਠਹਿਰ ਕੇ ਦੁਬਾਰਾ ਆਖਣ ਲੱਗਾ, ਜੇ ਉਹੋ ਨਿਕਲਿਆ ਜਿਹਦਾ ਹੁਣੇ ਹੁਣੇ ਮੈਨੂੰ ਖਿਆਲ ਆਇਆ ਹੈ, ਤਾਂ ਕੀ ਤੂੰ ਉਹਨੂੰ ਉੱਤੇ ਚਲਾ ਦੇਵੇਗਾ? ਜਨਾਨੀ ਹਿੰਜਰ ਕੇ ਬੋਲੀ। ਮੈਂ ਮੁੰਡੇ ਦੇ ਸਮਝ ਨਾ ਆਈ ਕਿ ਉਹ ਕੀ ਆਖੇ। ਹਾਂ ਹਾਂ, ਦੱਸ ਤੂੰ ਉਹਦਾ ਬੰਦ ਧੁੱਪੇ ਬੰਨ ਦੇਵੇਗਾ ਜਾਂ ਟਾਂਗਾ ਪੱਕੀ ਤੋਂ ਲਾ ਦੇਵੇਗਾ? ਜਨਾਨੀ ਦੀ ਆਕੜ ਵੇਖਣ ਵਾਲੀ ਸੀ, ਪਰ ਇਸ ਆਕੜ ਵਿੱਚ, ਇਸ ਹੰਕਾਰ ਵਿੱਚ ਕੋਈ ਹਿੰਮਤ ਸੀ ਜਿਹੜੀ ਅਗਲੇ ਨੂੰ ਗੁੱਸਾ ਨਹੀਂ ਚੜਾਉਂਦੀ ਸੀ। ਉਹ ਤਾਂ ਮੈਂ ਉਦੋਂ ਦੱਸਾਂਗਾ ਜਦੋਂ ਮੈਨੂੰ ਪੱਕ ਹੋ ਗਿਆ, ਹਾਲੇ ਤਾਂ ਮੇਰਾ ਸ਼ੱਕ ਸ਼ੁਭਾਈ ਏ। ਆਖਦਾ ਉਹ ਉੱਠਿਆ ਤੇ ਕਿਸੇ ਸੋਚ ਵਿੱਚ ਡੁੱਬਿਆ ਆਪਣੇ ਘਰਾਂ ਨੂੰ ਚਲਾ ਗਿਆ। ਜਨਾਨੀ ਜਾਂਦੇ ਦੀ ਕੰਡ ਵੇਖਦੀ ਰਹੀ। ਬੰਦੇ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ। ਇਹ ਅੱਜ ਕੱਲ ਔਕਾਤ ਤੋਂ ਬਾਹਰ ਹੋਇਆ ਫਿਰਦਾ। ਜਨਾਨੀ ਨੇ ਉੱਥੇ ਬੈਠੇ ਸਨ 47 ਦੀ ਵੰਡ ਤੋਂ ਪਹਿਲੇ ਦੇ ਜੰਮਪਲ ਇੱਕ ਬੁੱਢੇ ਠੇਠਰ ਨੂੰ ਮੁਖਾਤਬ ਕਰਦਿਆਂ ਆਖਿਆ। ਬੁੱਢੇ ਨੇ ਆਪਣੀਆਂ ਚੁੰਨੀਆਂ ਅੱਖਾਂ ਨਾਲ ਜਨਾਨੀ ਵੱਲ ਵੇਖਿਆ,
ਇੱਕ ਕੱਠ ਦਾ ਬੁੱਕ ਜਿਹਾ ਬਣਾ ਕੇ ਆਪਣੇ ਸੱਜੇ ਕੰਨ ਉੱਤੇ ਰੱਖ ਕੇ ਉਹਦੀ ਗੱਲ ਸੁਣਨ ਦਾ ਯਤਨ ਕੀਤਾ ਤੇ ਚੁੱਪ ਰਿਹਾ। ਇਹ ਆਪਣੀ ਕੁਕਾ ਤੋਂ ਬਾਹਰ ਹੋਇਆ ਫਿਰਦਾ। ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ, ਜਨਾਨੀ ਆਪ ਮੁਹਾਰੀ ਬੋਲਦੀ ਪਈ ਸੀ। ਇਹਨੂੰ ਨੀ ਪਤਾ ਕੋਈ ਕਰਨ ਤੇ ਆਵੇ ਤਾਂ ਕੀ ਕਰ ਸਕਦਾ। ਬੁੱਢਾ ਇਸ ਤਰ੍ਹਾਂ ਚੁੱਪ ਸੀ ਜਿਵੇਂ ਉੱਥੇ ਹੋਵੇ ਹੀ ਨਾ। ਉਹ ਜਨਾਨੀ ਵੱਲੋਂ ਬੇਧਿਆਨ ਦੋਨ ਵੱਟਾ ਬਣ ਕੇ ਉੱਥੇ ਬੈਠਾ ਰਿਹਾ। ਫਿਰ ਉਹਨੇ ਇੱਕ ਲੰਮਾ ਸਾਰਾ ਠੰਡਾ ਹੋਕਾ ਭਰਿਆ। ਹੁਣ ਬੜੀ ਸ਼ਿੱਦਤ ਨਾਲ ਆਪਣੀ ਜਵਾਨੀ ਚੇਤੇ ਆਈ। ਜਵਾਨੀ ਜਦੋਂ ਉਹਦੀ ਦੋਵੇਂ ਇੰਜੀ ਜ਼ਾਇਦ ਮਿਆਦ ਬੁੱਢਿਆਂ ਨੂੰ ਅਣਡਿੱਠਾ ਕਰ ਦਿੰਦੇ ਸਨ ਤੇ ਸਮਝਦੇ ਸਨ ਉਹਨਾਂ ਬੁੱਢਿਆਂ ਨੂੰ ਨਾ ਤੇ ਸੁਣੀਂਦਾ ਹੈ, ਨਾ ਦਿਸਦਾ ਹੈ ਤੇ ਨਾ ਹੀ ਕਿਸੇ ਗੱਲ ਦਾ ਪਤਾ ਲੱਗਦਾ। ਜੇ ਜਨਾਨੀ ਦਾ ਖਿਆਲ ਸੀ ਕਿ ਬੁੱਢੇ ਨੂੰ ਪਤਾ ਨਹੀਂ ਲੱਗਿਆ ਤਾਂ ਇਹ ਉਹਦੀ ਭੁੱਲ ਸੀ। ਬੁੱਢੇ ਨੇ ਜਨਾਨੀ ਦੇ ਤੋਰ ਅੰਦਰ ਲੁਕੀ ਔਰਤ ਤੇ ਆਪਣਾ ਸਾੜ ਕੱਢਦੀ ਔਰਤ ਨੂੰ ਵੇਖ ਲਿਆ ਸੀ ਤੇ ਤੁਸਾਂ ਤਾਂ ਜ਼ਰੂਰ ਹੀ ਦੇਖ ਲਿਆ ਹੋਵੇਗਾ। ਤੁਸੀਂ ਕਹਾਣੀ ਸੁਣੀ, ਇਹਦੇ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਰਵੇਲ ਦੇ ਪੜਨਹਾਰਾਂ, ਰਵੇਲ ਦੇ ਸੁਣਨ ਵਾਲੇ ਤੇ ਰਵੇਲ ਦੇ ਵੇਖਣ ਵਾਲਿਆਂ ਦੀ ਬਹੁਤ ਬਹੁਤ ਮਿਹਰਬਾਨੀ।